ਵੈਲਕਮ ਬੈਕ ਟੂ ਦਾ ਫਲੋਪ ਵਿਲੇਜਰ ਅਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਡੇਰਾ ਬਾਬਾ ਨਾਨਕ, ਜਿੱਥੇ ਅਸੀਂ ਤੁਹਾਨੂੰ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ, ਜੋ ਕਿ ਉਹਨਾਂ ਨੂੰ ਸੱਚਖੰਡ ਵਿੱਚੋਂ ਪ੍ਰਾਪਤ ਹੋਇਆ ਸੀ। ਜਦੋਂ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤਾਂ ਉਹ 3 ਦਿਨ ਅਲੋਪ ਰਹੇ ਸੀ। ਉਸ ਟਾਈਮ ਗੁਰੂ ਨਾਨਕ ਦੇਵ ਜੀ ਸੱਚਖੰਡ ਪਹੁੰਚ ਗਏ ਸੀ ਅਤੇ ਉੱਥੇ ਉਹਨਾਂ ਨੂੰ ਉਦਾਸੀ ਦੇ ਲਿਬਾਸ ਵਿੱਚ 6 ਅਵਸਥਾ ਪ੍ਰਾਪਤ ਹੋਈਆਂ, ਚੋਲਾ, ਸੈਲੀ, ਟੋਪੀ, ਮਾਲਾ, ਪੋਥੀ ਅਤੇ ਪੈੜਾਂ ਦੀਆਂ ਖੜਾਵਾਂ। ਸ਼ੈਲੀ ਅਤੇ ਖੜਾਵਾਂ ਗੁਰੂ ਹਰਿਸਹਾਇ ਗੁਰਦੁਆਰਾ ਫਿਰੋਜ਼ਪੁਰ ਵਿੱਚ ਹੈ, ਮਾਲਾ, ਪੋਥੀ ਅਤੇ ਟੋਪੀ ਕੀਰਤਪੁਰ ਸਾਹਿਬ ਮੰਜੀ ਸਾਹਿਬ ਗੁਰਦੁਆਰਾ ਵਿੱਚ ਸੁਸ਼ੋਭਿਤ ਹੈ, ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚੋਲਾ ਡੇਰਾ ਬਾਬਾ ਨਾਨਕ ਵਿੱਚ ਸਥਿਤ ਹੈ, ਜਿੱਥੇ ਅਸੀਂ ਪਹੁੰਚ ਚੁੱਕੇ ਹਾਂ ਅਤੇ ਹੁਣ ਅਸੀਂ ਤੁਹਾਨੂੰ ਚੋਲੇ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ। ਆਓ ਇਹ ਛੋਟਾ ਜਿਹਾ ਇਤਿਹਾਸ 'ਤੇ ਚਾਨਣਾ ਪਾ ਲਈਏ। ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਜੀ, ਆਹ ਤੁਸੀਂ ਪੂਰੀ ਹਿਸਟਰੀ ਪੜ੍ਹ ਸਕਦੇ ਹੋ ਵੀਡੀਓ ਨੂੰ ਪੌਜ਼ ਕਰਕੇ ਵੀ, ਅਤੇ ਮੈਂ ਤੁਹਾਨੂੰ ਚੋਲਾ ਸਾਹਿਬ ਜੀ ਦੀ ਪੂਰੀ ਹਿਸਟਰੀ ਦੱਸਾਂਗਾ। ਆਓ ਇੱਕ ਚਾਨਣਾ ਪਾਈਏ। ਗੁਰੂ ਨਾਨਕ ਦੇਵ ਜੀ ਜਦੋਂ ਸੱਚਖੰਡ ਤੋਂ ਪਰਤੇ ਸੀ ਤਾਂ ਧੁਰਕੀ ਬਾਣੀ ਨਾਲ ਲੈ ਕੇ ਆਏ ਸੀ, ਏਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰਪ੍ਰਸ਼ਾਦ, ਇਹ ਉਹਨਾਂ ਨੂੰ ਸੱਚਖੰਡ ਤੋਂ ਪ੍ਰਾਪਤ ਹੋਇਆ ਸੀ। ਅਤੇ ਇਹ ਚੋਲੇ ਨੂੰ ਪਹਿਨ ਕੇ ਗੁਰੂ ਨਾਨਕ ਦੇਵ ਜੀ 4 ਉਦਾਸੀਆਂ ਕੀਤੀਆਂ, ਪੂਰਬ, ਪੱਛਮ, ਉੱਤਰ, ਦੱਖਣ। ਜਦੋਂ ਪੱਛਮ ਦਿਸ਼ਾ 'ਚ ਜਾਣਾ ਸੀ ਤਾਂ ਅਰਬ ਦੇਸ਼ ਦਾ ਰਾਜਾ ਲਾਜਵੰਤ, ਜੋ ਕਿ ਹਿੰਦੂ ਧਰਮ 'ਤੇ ਬਹੁਤ ਹੀ ਜ਼ਿਆਦਾ ਜ਼ੁਲਮ ਕਰਦਾ ਸੀ, ਉਸਨੂੰ ਸਿੱਧੇ ਰਸਤੇ ਪਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਚੋਲਾ ਸਾਹਿਬ ਉੱਪਰ ਉਹਨਾਂ ਦੀ ਕੁਰਾਨ ਸ਼ਰੀਫ ਦੇ 30 ਸਵਾਰੇ ਅਤੇ ਕੁਝ ਆਇਤਾਂ ਫਾਰਸੀ ਅਤੇ ਉਰਦੂ ਵਿੱਚ ਅੰਤਰ ਕਰਵਾਈਆਂ। ਇਹ ਚੋਲਾ ਸਾਹਿਬ ਜੀ ਨੂੰ ਪਹਿਨ ਕੇ ਗੁਰੂ ਜੀ ਅਰਬ ਦੀ ਰਾਜਧਾਨੀ ਵਿੱਚ ਆਸਣ ਲਗਾ ਕੇ ਬੈਠ ਜਾਂਦੇ ਸਨ। ਲਾਜਵੰਤ ਬਾਦਸ਼ਾਹ ਨੂੰ ਖਬਰ ਹੁੰਦੀ ਹੈ ਕਿ ਇੱਕ ਹਿੰਦੂ ਫਕੀਰ ਆਇਆ ਹੈ, ਉਸਨੇ ਕੁਰਾਨ ਸ਼ਰੀਫ ਦੇ ਆਇਤਾਂ ਵਾਲਾ ਚੋਲਾ ਪਾਇਆ ਹੋਇਆ ਹੈ ਅਤੇ ਭਜਨ ਬੰਦਗੀ ਕਰ ਰਿਹਾ ਹੈ। ਲਾਜਵੰਤ ਆਪਣੇ ਵਜ਼ੀਰ ਨੂੰ ਦੂਸਰਾ ਚੋਲਾ ਦਿੰਦਾ ਹੈ, ਕਹਿੰਦਾ ਹੈ ਕਿ ਕੁਰਾਨ ਸ਼ਰੀਫ ਵਾਲਾ ਚੋਲਾ ਉਹਨਾਂ ਕੋਲ ਲਵਾ ਲਿਆਓ ਅਤੇ ਆਹ ਚੋਲਾ ਉਹਨਾਂ ਨੂੰ ਦੇ ਆਓ। ਵਜ਼ੀਰ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਕੋਲ ਅਤੇ ਉਹਨਾਂ ਨੂੰ ਕਹਿੰਦਾ ਹੈ ਕਿ ਤੁਹਾਡੇ ਵਾਲਾ ਚੋਲਾ ਵਿਰਧ ਹੋ ਚੁੱਕਿਆ ਹੈ, ਇਸ ਨੂੰ ਉਤਾਰ ਦੇਵੋ ਅਤੇ ਇਹ ਨਵਾਂ ਪਹਿਨ ਲਓ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਭਗਤਾ, ਨਾ ਅਸੀਂ ਪਾਇਆ ਹੈ ਆ ਅਤੇ ਨਾ ਅਸੀਂ ਉਤਾਰਨਾ ਆ, ਕਿਉਂਕਿ ਉਹਨਾਂ ਨੂੰ ਤਾਂ ਇਹ ਚੋਲਾ ਅਕਾਲ ਪੁਰਖ ਨੇ ਪਹਿਨਾਇਆ ਸੀ। ਕਹਿੰਦੇ ਜੇ ਤੇਰੇ ਤੋਂ ਉਤਰਦਾ ਅਤੇ ਉਤਾਰ ਲਾ। ਵਜ਼ੀਰ ਫਿਰ ਆਪ ਉਤਾਰਨ ਲੱਗਦਾ ਹੈ ਅਤੇ ਇਹ ਚੋਲਾ ਗੁਰੂ ਨਾਨਕ ਦੇਵ ਜੀ ਦੇ ਸਰੀਰ ਨਾਲ ਹੀ ਸ਼ਰੀਰ ਹੋ ਜਾਂਦਾ ਹੈ। ਲਾਜਵੰਤ ਕਹਿੰਦਾ ਕਿ ਇਹ ਹਿੰਦੂ ਫਕੀਰ ਹੈ ਜੋ ਕਿ ਜਾਦੂ ਟੂਣੇ ਨਾਲ ਆਪਣਾ ਚੋਲਾ ਨਹੀਂ ਉਤਰਨ ਦਿੰਦਾ, ਇਹਨੂੰ ਕਸ਼ਟ ਦਵੋ ਤਾਂ ਇਹ ਫਿਰ ਚੋਲਾ ਉਤਾਰੇਗਾ। ਫਿਰ ਗੁਰੂ ਨਾਨਕ ਦੇਵ ਜੀ ਨੂੰ ਤਰ੍ਹਾਂ ਤਰ੍ਹਾਂ ਦੇ ਕਸ਼ਟ ਦਿੱਤੇ ਗਏ, ਪਹਾੜ ਤੋਂ ਸੁੱਟਿਆ ਗਿਆ, ਦਰਿਆ ਵਿੱਚ ਰੋੜਿਆ ਗਿਆ, ਟੋਏ ਪੱਟ ਕੇ ਪੂਰਿਆ ਗਿਆ, ਸੂਲੀ 'ਤੇ ਚਾੜਿਆ ਗਿਆ, ਅਗਨੀ ਭੇਟ ਕਰ ਦਿੱਤਾ ਗਿਆ, ਪਰ ਗੁਰੂ ਨਾਨਕ ਦੇਵ ਜੀ ਨੂੰ ਕੋਈ ਫਰਕ ਨਹੀਂ ਪਿਆ। ਜੋ ਰਾਜਾ ਲਾਜਵੰਤ ਸੀ ਉਹ ਢਹਿ ਕੇ ਚਰਨੀ ਪੈ ਗਿਆ ਅਤੇ ਉਹ ਕਹਿੰਦਾ ਕਿ ਅੱਗੇ ਤੋਂ ਬਾਅਦ ਮੈਂ ਸਿੱਧੇ ਕੰਮ
ਇਹ ਚੋਲਾ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਗੱਦੀ ਬਖਸ਼ਦੇ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਚੋਲਾ ਸਾਹਿਬ 'ਤੇ 6 ਚੀਜ਼ਾਂ ਭੇਟ ਕਰ ਦਿੱਤੀਆਂ ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੂੰ ਭੇਟ ਕਰ ਦਿੱਤੀਆਂ ਅਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਭੇਟ ਕਰ ਦਿੱਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਸ਼ੁਰੂ ਕਰਵਾਈ ਹੋਈ ਸੀ ਅਤੇ ਪਲਖ ਫੁਗਾਰੇ ਅਫਗਾਨਿਸਤਾਨ ਦਾ ਰਹਿਣ ਵਾਲਾ ਭਾਈ ਤੋਤਾ ਰਾਮ ਸਿੱਖ ਸੇਵਾ ਕਰ ਰਿਹਾ ਸੀ ਅਤੇ ਉਸ ਦੇ ਪੈਰ 'ਤੇ ਕਹੀ ਲੱਗ ਜਾਂਦੀ ਹੈ ਅਤੇ ਸੰਗਤਾਂ ਨੂੰ ਕਹਿੰਦੀਆਂ ਕਿ ਆਪਣੀ ਪੱਟੀ ਬੰਨ ਲਾ ਪਰ ਉਹ ਖੂਨ ਵਗਦੇ ਦੀ ਪਰਵਾਹ ਨਹੀਂ ਕਰਦਾ ਅਤੇ ਸੇਵਾ ਕਰਦਾ ਰਹਿੰਦਾ ਅਤੇ ਇਸ ਦੀ ਫਰਿਆਦ ਗੁਰੂ ਅਰਜਨ ਦੇਵ ਜੀ ਨੂੰ ਹੁੰਦੀ ਹੈ ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਦਸ ਭਗਤਾਂ ਕੀ ਚਾਹੀਦਾ ਅਤੇ ਤੋਤਾ ਸਿੰਘ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਸਭ ਕੁਛ ਹੈ ਮੈਨੂੰ ਕੋਈ ਇੱਦਾਂ ਦੀ ਚੀਜ਼ ਦੇ ਦਿਉ ਕਿ ਮੈਂ ਸੇਵਾ ਕਰ ਸਕਾਂ ਅਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਤੋਤਾ ਨੂੰ ਗੁਰੂ ਨਾਨਕ ਦੇਵ ਜੀ ਦਾ ਚੋਲਾ ਦੇ ਦਿੱਤਾ ਅਤੇ ਕਿਹਾ ਕਿ ਇਹਨੂੰ ਅਫਗਾਨਿਸਤਾਨ ਲੈ ਜਾ ਅਤੇ ਸੇਵਾ ਕਰ ਅਤੇ ਉੱਥੇ ਜਾ ਕੇ ਇਸ ਚੋਲਾ ਸਾਹਿਬ ਦੇ ਲੋਕਾਂ ਨੂੰ ਦਰਸ਼ਨ ਕਰਵਾ ਅਤੇ ਸਿੱਖੀ ਦਾ ਪ੍ਰਚਾਰ ਕਰ ਅਤੇ ਜਿੰਨਾ ਚਿਰ ਭਾਈ ਤੋਤਾ ਦੀ ਉਮਰ ਠੀਕ ਸੀ ਅਤੇ ਉਹਨਾਂ ਨੇ ਚੋਲਾ ਸਾਹਿਬ ਦੀ ਬਹੁਤ ਸੇਵਾ ਕੀਤੀ ਅਤੇ ਬਹੁਤ ਪ੍ਰਚਾਰ ਕੀਤਾ ਜਦੋਂ ਉਹ ਆਖਰੀ ਅਵਸਥਾ 'ਚ ਆ ਗਏ ਤਾਂ ਉਹਨਾਂ ਨੇ ਸੋਚਿਆ ਕਿ ਕੀ ਪਤਾ ਮੇਰੇ ਟੱਬਰ ਕੋਈ ਦੀ ਸੇਵਾ ਹੋਏ ਨਾ ਹੋਏ ਤਾਂ ਉਹਨਾਂ ਨੇ ਚੋਲਾ ਸਾਹਿਬ ਨੂੰ ਇੱਕ ਗੁਫਾ ਵਿੱਚ ਰੱਖ ਦਿੱਤਾ ਅਤੇ ਅੱਗੇ ਪੱਥਰ ਦੇ ਦਿੱਤਾ ਅਤੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਜਦੋਂ ਵੀ ਤੇਰਾ ਕੋਈ ਸਿੱਖ ਆਏ ਤਾਂ ਉਹ ਇਸ ਨੂੰ ਲੈ ਜਾਵੇ ਤਾਂ ਫਿਰ ਇਸ ਚੋਲਾ ਸਾਹਿਬ ਜੀ ਦਾ 260 ਸਾਲ ਬਾਅਦ ਪਤਾ ਲੱਗਿਆ ਸੀ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਨੌਵੀਂ ਪੀੜ੍ਹੀ ਬਾਬਾ ਕਾਬਲੀ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਅਤੇ ਕਿਹਾ ਕਿ ਸਾਡਾ ਅੰਗ ਬਸਤਰ ਬਲਕ ਬੁਖਾਰੇ ਵਿੱਚ ਪਿਆ ਅਤੇ ਉਹ ਲੈ ਆਓ ਪਹਾੜ ਦੀ ਗੁਫਾ ਲੱਭ ਕੇ ਨੌਵੀਂ ਪੀੜ੍ਹੀ ਬਾਬਾ ਕਾਬਲੀ ਜੀ ਨੇ ਅਰਦਾਸ ਕੀਤੀ ਅਤੇ ਉੱਥੋਂ ਇਹ ਚੋਲਾ ਸਾਹਿਬ ਜੀ ਲੈ ਕੇ ਆਏ ਹੁਸ਼ਿਆਰਪੁਰ ਦੇ ਰਸਤੇ ਅਤੇ ਡੇਰਾ ਬਾਬਾ ਨਾਨਕ ਜੀ ਵਿੱਚ ਇਸ ਨੂੰ ਰੱਖਿਆ ਅਤੇ ਹੁਣ ਦੂਰ ਦੂਰ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਭਾਵਨਾ ਪੂਰੀਆਂ ਕਰਦੀਆਂ ਨੇ ਇੱਥੇ ਚੋਲਾ ਸਾਹਿਬ ਜੀ ਦੇ ਨਾਲ ਨਾਲ ਬੇਬੇ ਨਾਨਕੀ ਜੀ ਨੇ ਆਪਣੇ ਹੱਥੀ ਰੁਮਾਲ ਕੱਢਿਆ ਹੋਇਆ ਹੈ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਵਿਆਹ 'ਤੇ ਭੇਂਟ ਕੀਤਾ ਸੀ ਤੁਸੀਂ ਉਹਦੇ ਦਰਸ਼ਨ ਵੀ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਅਸੀਂ ਹੋਰ ਵੀ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਸਾਡੇ ਯੂਟਿਊਬ ਚੈਨਲ ਫਲੋਪ ਵਿਲੇਜਰ ਨੂੰ ਇਸੇ ਤਰ੍ਹਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਦੇ ਰਹੋ